ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਰਪਾਲ ਕੌਰ, ਨੂਰ ਕਿਚਨ ਚੈਨਲ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਬਹੁਤ ਵਧੀਆ ਜਿਹੜੀ ਰੈਸਪੀ ਜਿਹੜੀ ਅਸੀਂ ਬਣਾ ਕੇ ਤਿਆਰ ਕਰ ਰਹੇ ਹਾਂ, ਬਹੁਤ ਹੀ ਹੈਲਦੀ ਵੀ ਹੈ ਅਤੇ ਸਾਡੀ ਬੋਡੀ ਵਾਸਤੇ ਕਾਫੀ ਫਾਇਦੇਮੰਦ ਹੁੰਦੀ ਹੈ। ਜੀ ਹਾਂ, ਅੱਜ ਅਸੀਂ ਬਣਾਵਾਂਗੇ ਬਰੋਕਲੀ। ਬਰੋਕਲੀ ਦਾ ਸੂਪ ਬਣਾ ਕੇ ਤਿਆਰ ਕਰਾਂਗੇ ਅਤੇ ਬਰੋਕਲੀ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਜਿਹੜੀ ਹੈ ਬਹੁਤ ਫਰੈਸ਼ ਮਿਲ ਰਹੀ ਹੈ ਆਸਾਨੀ ਦੇ ਨਾਲ ਮਾਰਕੀਟ ਦੇ ਵਿੱਚ, ਅਤੇ ਬਿਲਕੁਲ ਫਰੈਸ਼ ਬਰੋਕਲੀ ਮਿਲਦੀ ਹੈ। ਅਤੇ ਅਸੀਂ ਜਿਹਦੇ ਵਿੱਚ ਅਸੀਂ 300 ਗ੍ਰਾਮ ਜਿਹੜੀ ਬਰੋਕਲੀ ਲਈ ਹੈ, ਅਤੇ ਬਰੋਕਲੀ ਨੂੰ ਅਸੀਂ ਜਿਹੜੇ ਫੁੱਲ ਜਿਹੜੇ ਅਲੱਗ ਕਰ ਲਏ ਆ, ਅਤੇ ਅਸੀਂ ਇਹਦੇ ਵਿੱਚ ਇਹਦੇ ਨਾਲ ਜਿਹੜੇ ਆ ਸੂਪ ਦੇ ਵਿੱਚ ਫਰੈਸ਼ ਜਿਹੜੇ ਟੰਡਲ ਜਿਹੜੇ ਹੁੰਦੇ ਆ, ਅਸੀਂ ਉਹ ਵੀ ਇਹਦੇ ਵਿੱਚ ਪਾ ਰਹੇ ਹਾਂ। ਉਹਨਾਂ ਨੂੰ ਵੀ ਅਸੀਂ ਛਿੱਲ ਕੇ ਜਿਹੜਾ ਬਿਲਕੁਲ ਧੋ ਕੇ ਤਿਆਰ ਕਰ ਲਿਆ, ਅਤੇ ਨਾਲ ਹੀ ਅਸੀਂ ਇੱਕ ਮੀਡੀਅਮ ਸਾਈਜ਼ ਦਾ ਆਲੂ ਲਿਆ, ਜਿਸ ਨੂੰ ਛੋਟੇ ਛੋਟੇ ਪੀਸਿਸ ਵਿੱਚ ਕੱਟ ਲਿਆ ਵਾ, ਕੱਚਾ ਆਲੂ ਆ। ਅਤੇ ਹੁਣ ਅਸੀਂ ਇਹਨਾਂ ਚੀਜ਼ਾਂ ਨੂੰ ਬੋਇਲ ਕਰਾਂਗੇ। ਅਤੇ ਹੁਣ ਅਸੀਂ ਬਰੋਕਲੀ ਨੂੰ ਬੋਇਲ ਕਰ ਲੈਂਦੇ ਹਾਂ। ਬੋਇਲ ਕਰਨ ਲਈ ਅਸੀਂ ਪਾਣੀ ਪਹਿਲਾਂ ਹੀ ਰੱਖਿਆ ਅਸੀਂ ਉੱਪਰ ਗੈਸ 'ਤੇ ਇੱਕ ਪੈਨ ਦੇ ਵਿੱਚ, ਅਤੇ ਹੁਣ ਅਸੀਂ ਇਹਦੇ ਵਿੱਚ ਬਰੋਕਲੀ ਵੀ ਪਾ ਦੇਣੀ ਆ, ਅਤੇ ਜਿਹੜੇ ਅਸੀਂ ਇਹਦੇ ਟੈਂਡਰ ਕੀਤੇ ਸੀ ਛਿਲਕੇ ਕੱਟ ਕੇ ਤਿਆਰ ਕੀਤੇ ਸੀ, ਅਸੀਂ ਉਹ ਵੀ ਇਹਦੇ ਵਿੱਚ ਪਾ ਦਿੰਦੇ ਹਾਂ। ਇਹਨਾਂ ਦੇ ਨਾਲ ਜਿਹੜਾ ਬਹੁਤ ਵਧੀਆ ਫਲੇਵਰ ਹੁੰਦਾ ਅਤੇ ਸਾਨੂੰ ਜਿਹੜਾ ਸੂਪ ਗਾੜਾ ਕਰਨ ਵਿੱਚ ਵੀ ਹੈਲਪ ਕਰੇਗਾ। ਅਤੇ ਬਰੋਕਲੀ ਖਾਣੀ ਸਾਡੀ ਬੋਡੀ ਲਈ ਬਹੁਤ ਵਧੀਆ ਹੁੰਦੀ ਹੈ, ਕਿਉਂਕਿ ਇਹਦੇ 'ਚ ਕਾਫੀ ਪ੍ਰਕਾਰ ਦੇ ਮਿਨਰਲਸ ਪਾਏ ਜਾਂਦੇ ਨੇ, ਵਿਟਾਮਿਨਸ ਪਾਏ ਜਾਂਦੇ ਨੇ, ਵਿਟਾਮਿਨ ਸੀ, ਵਿਟਾਮਿਨ ਕੇ ਜਿਹੜਾ ਇਹਦੇ ਵਿੱਚ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਵਾ, ਅਤੇ ਇਹਦੇ ਵਿੱਚ ਪੋਟਾਸ਼ੀਅਮ ਵੀ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਵਾ, ਅਤੇ ਦਿਲ ਦੇ ਰੋਗਾਂ ਵਾਸਤੇ ਵੀ ਇਹ ਕਾਫੀ ਫਾਇਦੇਮੰਦ ਹੈ। ਬਲੱਡ ਪ੍ਰੈਸ਼ਰ ਨੂੰ ਜਿਹੜਾ ਕੰਟਰੋਲ ਕਰਦਾ ਵਾ, ਅਤੇ ਕੋਲੈਸਟ੍ਰੋਲ ਦੀ ਮਾਤਰਾ ਜਿਹੜਾ ਕਾਫੀ ਘਟਾਉਂਦਾ ਵਾ। ਅਤੇ ਬਰੋਕਲੀ ਖਾਣੀ ਸਾਡੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ। ਅਤੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਆਲੂ ਕੱਟ ਕੇ ਢੱਕੇ ਸੀ, ਅਸੀਂ ਉਹ ਵੀ ਇਹਦੇ ਵਿੱਚ ਪਾ ਦਿੰਦੇ ਹਾਂ। ਅਤੇ ਨਾਲ ਹੀ ਅਸੀਂ ਇਹਦੇ ਵਿੱਚ 1 ਚਮਚ ਜਿਹੜਾ ਅਸੀਂ ਚੀਨੀ ਪਾ ਦੇਵਾਂਗੇ, ਇਹਦੇ ਨਾਲ ਜਿਹੜਾ ਸਾਡੀ ਬਰੋਕਲੀ ਦਾ ਕਲਰ ਆ ਉਹ ਬਹੁਤ ਵਧੀਆ ਗ੍ਰੀਨ ਹੀ ਰਹੇਗਾ। ਅਤੇ ਉਸ ਤਰ੍ਹਾਂ ਵੀ ਟੇਸਟ ਵਿੱਚ ਜਿਹੜੀ ਬਹੁਤ ਵਧੀਆ ਲੱਗਦਾ ਵਾ, ਖੱਟ ਮਿੱਠਾ ਬਣ ਕੇ ਤਿਆਰ ਹੋਏਗਾ ਸੂਪ ਸਾਡਾ। ਅਤੇ ਚਮਚ ਦਾ 1/4 ਹਿੱਸਾ ਅਸੀਂ ਨਮਕ ਐਡ ਕਰ ਰਹੇ ਹਾਂ। ਅਤੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਵਾ, ਜਦੋਂ ਤੱਕ ਇਹ ਸੋਫਟ ਨਹੀਂ ਹੋ ਜਾਂਦੀ ਬਰੋਕਲੀ ਵੀ ਅਤੇ ਆਲੂ ਵੀ। ਅਤੇ ਹੁਣ ਅਸੀਂ ਇਸਨੂੰ 4 ਤੋਂ 5 ਮਿੰਟ ਜਿਹੜਾ ਢੱਕ ਕੇ ਪਕਾ ਲੈਂਦੇ ਹਾਂ। ਦੇਖੋ 4 ਤੋਂ 5 ਮਿੰਟ ਜਿਹੜੇ ਸਾਡੇ ਹੋ ਚੁੱਕੇ ਆ ਬਰੋਕਲੀ ਅਤੇ ਆਲੂਆਂ ਨੂੰ ਅਸੀਂ ਬੋਇਲ ਕਰਦੇ ਹੋਏ, ਅਤੇ ਦੇਖੋ ਆਲੂ ਵੀ ਸਾਡੇ ਕਾਫੀ ਹੱਦ ਤੱਕ ਜਿਹੜੇ ਸੋਫਟ ਹੋ ਚੁੱਕੇ ਆ ਅਤੇ ਮੈਸ਼ ਹੋ ਰਹੇ ਆ। ਅਤੇ ਬਰੋਕਲੀ ਨੂੰ ਵੀ ਅਸੀਂ ਚੈੱਕ ਕਰ ਲੈਂਦੇ ਹਾਂ, ਅਤੇ ਬਰੋਕਲੀ ਵੀ ਸਾਡੀ ਦੇਖੋ ਪੱਕ ਚੁੱਕੀ ਹੈ। ਅਤੇ ਹੁਣ ਅਸੀਂ ਗੈਸ ਦੀ ਫਲੇਮ ਕਰ ਦਾਂਗੇ ਬੰਦ, ਅਤੇ ਅਸੀਂ ਹੁਣ ਇਹਨਾਂ ਨੂੰ ਸਟ੍ਰੇਨ ਕਰ ਲਾਂਗੇ। ਦੇਖੋ ਅਸੀਂ 1 ਛੰਨੀ ਲਈ ਹੈ, ਸਟ੍ਰੇਨਰ ਲਿਆ ਵਾ, ਅਤੇ ਹੁਣ ਅਸੀਂ ਜਿਹੜਾ ਬਰੋਕਲੀ ਨੂੰ ਜਿਹੜਾ ਵਿੱਚੋਂ ਸਾਰਾ ਪਾਣੀ ਜਿਹੜਾ ਰਿਲੀਜ਼ ਕਰ ਲੈਣਾ ਵਾ। ਦੇਖੋ ਅਸੀਂ ਸਾਰਾ ਪਾਣੀ ਜਿਹੜਾ ਬਰੋਕਲੀ ਵਿੱਚੋਂ ਅਲੱਗ ਕਰ ਲਿਆ ਵਾ, ਅਤੇ ਹੁਣ ਜਿਹੜਾ ਇਹ ਪਾਣੀ ਆ ਅਸੀਂ ਜਿਹੜਾ ਅਲੱਗ ਕੀਤਾ ਵਾ, ਇਸਨੂੰ ਅਸੀਂ ਜਿਹੜਾ ਵੇਸਟ ਨਹੀਂ ਕਰਨਾ। ਅਸੀਂ ਜਦੋਂ ਜੂਸ ਬਣਾਵਾਂਗੇ ਤਾਂ ਅਸੀਂ ਉਹਦੇ ਵਿੱਚ ਇਸਨੂੰ ਯੂਜ਼ ਕਰਾਂਗੇ, ਕਿਉਂਕਿ ਇਹਦੇ ਵਿੱਚ ਕਾਫੀ ਵਿਟਾਮਿਨਸ ਵਗੈਰਾ ਵਾ, ਇਸ ਲਈ ਅਸੀਂ ਜੂਸ ਦੇ ਵਿੱਚ ਇਹੀ ਪਾਣੀ ਜਿਹੜਾ ਯੂਜ਼ ਕਰਾਂਗੇ। ਅਤੇ ਹੁਣ ਅਸੀਂ 1 ਬੋਲ 'ਚ ਪਾਣੀ ਲਿਆ ਵਾ ਠੰਡਾ, ਅਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਬਰੋਕਲੀ ਅਤੇ ਆਲੂਆਂ ਜਿਹੜਾ ਮਿਕਸ ਕਰ ਦੇਣਾ, ਇਹਦੇ ਨਾਲ ਇਹ ਹੋਏਗਾ ਕਿ ਜਿਹੜਾ ਸਾਡੀ ਬਰੋਕਲੀ ਦਾ ਕਲਰ ਆ ਉਹ ਇਸੇ ਤਰ੍ਹਾਂ ਹੀ ਗ੍ਰੀਨ ਕਲਰ ਦੀ ਰਹੇਗੀ। ਇਸ ਲਈ ਇਸਨੂੰ ਥੋੜ੍ਹਾ ਜਿਹਾ ਅਸੀਂ ਠੰਡਾ ਕਰ ਲੈਣਾ ਵਾ। ਠੰਡਾ ਕਰਨ ਤੋਂ ਬਾਅਦ ਅਸੀਂ ਇਸਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਅਤੇ ਇਹਨਾਂ ਇਹਦਾ ਇੱਕ ਫਾਈਨ ਪੇਸਟ ਜਿਹੜਾ ਅਸੀਂ ਬਣਾ ਕੇ ਤਿਆਰ ਕਰ ਲੈਣਾ ਇਹਨਾਂ ਨੂੰ। ਦੇਖੋ ਹੁਣ ਅਸੀਂ ਮਿਕਸਿੰਗ ਬੋਲ ਲਈ ਹੈ, ਅਸੀਂ ਇਹਦਾ
ਬਰੋਕਲੀ ਦਾ ਫਾਈਨ ਜਿਹੜਾ ਪੇਸਟ ਬਣਾ ਕੇ ਤਿਆਰ ਕਰ ਲਿਆ, ਬਿਲਕੁਲ ਅਸੀਂ ਇਸਨੂੰ ਗ੍ਰਾਇੰਡ ਕਰ ਲਿਆ ਅਤੇ ਹੁਣ ਅਸੀਂ ਇਸਨੂੰ ਬੋਲ ਦੇ ਵਿੱਚ ਨਿਕਾਲ ਲਵਾਂਗੇ। ਬਿਲਕੁਲ ਡਾਰਕ ਗ੍ਰੀਨ ਕਲਰ ਦੀ ਦੇਖੋ ਉਸੇ ਤਰ੍ਹਾਂ ਪੇਸਟ ਬਣ ਕੇ ਤਿਆਰ ਹੋਇਆ ਵਾ। ਅਤੇ ਹੁਣ ਅਸੀਂ ਸੂਪ ਬਣਾਉਣਾ ਸ਼ੁਰੂ ਕਰਦੇ ਹਾਂ। ਸੂਪ ਬਣਾਉਣ ਦੇ ਲਈ ਅਸੀਂ ਜਿਹਦੇ ਵਿੱਚ 2 ਚਮਚ ਜਿਹੜੇ ਅਸੀਂ ਬਟਰ ਲਿਆ ਵਾ, ਤੁਸੀਂ ਬਟਰ ਜਾਂ ਦੇਸੀ ਘਿਓ ਦੇ ਵਿੱਚ ਹੀ ਸੂਪ ਬਣਾਉਣਾ, ਬਹੁਤ ਹੀ ਹੈਲਦੀ ਸੂਪ ਜਿਹੜਾ ਬਣ ਕੇ ਤਿਆਰ ਹੁੰਦਾ ਵਾ। ਦੇਖੋ ਬਟਰ ਮੈਲਟ ਹੋ ਚੁੱਕਾ ਵਾ ਅਤੇ ਹੁਣ ਅਸੀਂ ਸਭ ਤੋਂ ਪਹਿਲਾਂ ਅਸੀਂ ਇਸਨੂੰ ਤੜਕਾ ਲਗਾਵਾਂਗੇ। ਅਸੀਂ ਇਹਦੇ ਵਿੱਚ 4 ਤੋਂ 5 ਜਿਹੜੀਆਂ ਕਲੀਆਂ ਲਸਣ ਦੀਆਂ ਲਈਆਂ ਹੈ, ਜਿਨ੍ਹਾਂ ਨੂੰ ਅਸੀਂ ਕੁੱਟ ਕੇ ਤਿਆਰ ਕਰ ਲਿਆ ਵਾ, ਅਸੀਂ ਉਹਦੇ ਵਿੱਚ ਐਡ ਕਰ ਦਾਂਗੇ। 1/2 ਚਮਚ ਅਸੀਂ ਜੀਰਾ ਸਾਫ ਐਡ ਕਰਾਂਗੇ। ਲਸਣ ਅਤੇ ਜੀਰੇ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਵਾ ਅਤੇ ਬਿਲਕੁਲ ਹਲਕੇ ਜਿਹੇ ਮਸਾਲਿਆਂ ਦੇ ਨਾਲ ਅਸੀਂ ਇਹ ਸੂਪ ਜਿਹੜਾ ਬਣਾ ਕੇ ਤਿਆਰ ਕਰਾਂਗੇ। ਅਸੀਂ ਇਹਨਾਂ ਲਸਣ ਨੂੰ ਜ਼ਿਆਦਾ ਪਕਾਉਣਾ ਨਹੀਂ ਹੈ, ਸਿਰਫ ਹਲਕਾ ਜਿਹਾ ਅਸੀਂ ਜਿਹੜਾ ਇਸਨੂੰ ਭੁੰਨ ਲੈਣਾ ਵਾ ਤਾਂ ਕਿ ਜਿਹੜਾ ਇਹਦਾ ਕੱਚਾ ਬਣਿਆ ਉਹ ਕੱਚਾ ਫਲੇਵਰ ਨਾ ਆਵੇ ਸੂਪ 'ਚ। ਦੇਖੋ ਲਸਣ ਹਲਕਾ ਜਿਹਾ ਭੁੰਨ ਚੁੱਕਾ ਵਾ ਅਤੇ ਹੁਣ ਅਸੀਂ ਇਹਦੇ 'ਚ ਮੀਡੀਅਮ ਸਾਈਜ਼ ਦਾ ਬਰੀਕ ਪਿਆਜ਼ ਆ, ਜਿਸਨੂੰ ਅਸੀਂ ਬਰੀਕ ਬਿਲਕੁਲ ਚੌਪ ਕਰ ਲਿਆ ਵਾ, ਅਸੀਂ ਉਹ ਵੀ ਇਹਦੇ ਵਿੱਚ ਐਡ ਕਰ ਦਾਂਗੇ। ਅਤੇ ਪਿਆਜ਼ ਨੂੰ ਵੀ ਅਸੀਂ ਟਰਾਂਸਪੇਰੈਂਟ ਹੋਣ ਤੱਕ ਜਿਹੜਾ ਅਸੀਂ ਭੁੰਨਣਾ ਵਾ, ਗੋਲਡਨ ਕਲਰ ਦਾ ਨਹੀਂ ਕਰਨਾ, ਸਿਰਫ ਹਲਕਾ ਜਿਹਾ ਅਸੀਂ ਟਰਾਂਸਪੇਰੈਂਟ ਹੀ ਕਰਨਾ ਇਹਨਾਂ ਨੂੰ। ਦੇਖੋ ਪਿਆਜ਼ ਵੀ ਸਾਡੇ ਹਲਕੇ ਜਿਹੇ ਟਰਾਂਸਪੇਰੈਂਟ ਹੋ ਚੁੱਕੇ ਆ ਅਤੇ ਹੁਣ ਅਸੀਂ ਇਹਦੇ ਵਿੱਚ 1 ਬਰੀਕ ਕੱਟੀ ਹੋਈ ਹਰੀ ਮਿਰਚ ਪਾ ਦੇਵਾਂਗੇ। ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਜੀ। ਅਤੇ ਚਮਚ ਦਾ 4th ਹਿੱਸਾ ਅਸੀਂ ਇਹਦੇ ਵਿੱਚ ਕਾਲੀ ਮਿਰਚ ਪਾ ਦੇਵਾਂਗੇ ਅਤੇ ਹੁਣ ਅਸੀਂ ਇਹਨਾਂ ਨੂੰ ਮਿਕਸ ਕਰ ਲੈਣਾ। ਪੇਸਟ ਬਣਾ ਕੇ ਰੱਖਿਆ ਸੀ ਫਾਈਨ, ਉਹ ਅਸੀਂ ਇਹਦੇ ਵਿੱਚ ਐਡ ਕਰ ਦੇਣਾ ਵਾ। ਅਸੀਂ ਬਿਨਾਂ ਕੋਰਨਫਲੋਰ ਵਗੈਰਾ ਤੋਂ ਬਣਾ ਰਹੇ ਹਾਂ ਸੂਪ ਅਤੇ ਬਹੁਤ ਹੀ ਗਾੜਾ ਜਿਹੜਾ ਬਣ ਕੇ ਸੂਪ ਤਿਆਰ ਹੁੰਦਾ ਵਾ। ਅਤੇ ਹੁਣ ਅਸੀਂ ਜਿਹੜਾ ਪਾਣੀ ਰੱਖਿਆ ਹੋਇਆ ਸੀ ਉਬਾਲਣ ਤੋਂ ਬਾਅਦ ਜਿਹੜਾ ਇਹਨਾਂ ਦਾ ਪਾਣੀ ਸੀ, ਅਸੀਂ ਉਹ ਉਹਦੇ ਵਿੱਚ ਐਡ ਕਰ ਦੇਵਾਂਗੇ ਕਿਉਂਕਿ ਸੂਪ ਸਬਜ਼ੀਆਂ ਸਾਡੀਆਂ ਪਹਿਲੀਆਂ ਉਹ ਅਸੀਂ ਬੋਇਲ ਕਰਕੇ ਪਾਈਆਂ ਵਾ ਅਤੇ ਜ਼ਿਆਦਾ ਦੇਰ ਸਾਨੂੰ ਪਕਾਉਣ ਦੀ ਜ਼ਰੂਰਤ ਨਹੀਂ ਸੂਪ ਨੂੰ। ਹੁਣ ਅਸੀਂ ਪਾਣੀ ਇਹਦੇ ਵਿੱਚ ਐਡ ਕਰ ਦਿੱਤਾ ਵਾ ਅਤੇ 3 ਤੋਂ 4 ਮਿੰਟ ਜਿਹੜਾ ਅਸੀਂ ਇਸਨੂੰ ਪਕਾ ਲਵਾਂਗੇ ਚੰਗੀ ਤਰ੍ਹਾਂ। ਅਸੀਂ ਦੇਖੋ ਸੂਪ ਸਾਡਾ ਬੋਇਲ ਹੋ ਰਿਹਾ ਵਾ ਅਤੇ ਹੁਣ ਅਸੀਂ ਇਹਦੇ ਵਿੱਚ 1 ਨਿੰਬੂ ਦਾ ਰਸ ਫਰੈਸ਼ ਬਿਲਕੁਲ ਅਸੀਂ ਯੂਸ ਪਾ ਰਹੇ ਹਾਂ, ਇਹਦੇ ਨਾਲ ਜਿਹੜਾ ਫਲੇਵਰ ਬਹੁਤ ਵਧੀਆ ਸੂਪ 'ਚ ਆਉਂਦਾ ਅਤੇ ਨਾਲ ਹੀ ਅਸੀਂ ਇਹਦੇ ਵਿੱਚ 1/2 ਚਮਚ ਜਿਹੜਾ ਅਸੀਂ ਚੀਨੀ ਦਾ ਐਡ ਕਰ ਰਹੇ ਹਾਂ, ਇਹਦੇ ਨਾਲ ਜਿਹੜਾ ਫਲੇਵਰ ਆ ਖੱਟਾ ਮਿੱਠਾ ਜਿਹੜਾ ਸੂਪ ਸਾਡਾ ਬਣ ਕੇ ਤਿਆਰ ਹੋਏਗਾ। ਅਤੇ ਅਸੀਂ ਮਿਕਸ ਕਰ ਦੇਵਾਂਗੇ ਵਿੱਚ ਅਤੇ 2 ਤੋਂ 3 ਮਿੰਟ ਅਸੀਂ ਹੋਰ ਇਸ ਨੂੰ ਸੂਪ ਨੂੰ ਪਕਾ ਲਵਾਂਗੇ ਚੰਗੀ ਤਰ੍ਹਾਂ ਤਾਂ ਕਿ ਥੋੜ੍ਹਾ ਗਾੜਾ ਹੋ ਜਾਵੇ। ਅਤੇ ਨਾਲ ਹੀ ਅਸੀਂ ਇਹਦੇ ਵਿੱਚ ਕ੍ਰੀਮੀ ਟੈਕਸਚਰ ਲਿਆਉਣ ਦੇ ਲਈ ਅਸੀਂ 2 ਚਮਚ ਜਿਹੜੇ ਅਸੀਂ ਇਹਦੇ 'ਚ ਕ੍ਰੀਮ ਐਡ ਕਰ ਰਹੇ ਹਾਂ। ਅਸੀਂ ਕੋਈ ਵੀ ਕ੍ਰੀਮ ਜਿਹੜੀ ਇਹ 'ਚ ਐਡ ਕਰ ਸਕਦੇ ਜੇ, ਅਮੂਲ ਦੀ, ਵੇਰਕਾ ਵਾਲਿਆਂ ਦੀ, ਬਹੁਤ ਹੀ ਕ੍ਰੀਮੀ ਟੈਕਸਚਰ ਜਿਹੜਾ ਇਹਦੇ 'ਚ ਫਲੇਵਰ ਆਏਗਾ ਵਿੱਚ ਸੂਪ 'ਚ।
ਹੁਣ ਅਸੀਂ ਇਸਨੂੰ 2 ਤੋਂ 3 ਮਿੰਟ ਜਿਹੜਾ ਢੱਕ ਕੇ ਜਿਹੜਾ ਚੰਗੀ ਤਰ੍ਹਾਂ ਪਕਾ ਲਵਾਂਗੇ ਸੂਪ ਨੂੰ। ਦੇਖੋ 2 ਤੋਂ 3 ਮਿੰਟ ਹੋ ਚੁੱਕੇ ਆ ਸਾਡੇ ਸੂਪ ਨੂੰ ਪੱਕਦੇ ਹੋਏ, ਅਤੇ ਸਾਡਾ ਸੂਪ ਦੇਖੋ ਕੰਸਿਸਟੈਂਸੀ ਬਿਲਕੁਲ ਪਰਫੈਕਟ ਬਣ ਕੇ ਤਿਆਰ ਆ, ਗਾੜਾ ਸੂਪ ਸਾਡਾ ਬਣ ਕੇ ਬਿਲਕੁਲ ਤਿਆਰ ਆ। ਅਤੇ ਹੁਣ ਅਸੀਂ ਗੈਸ ਦੀ ਫਲੇਮ ਕਰ ਦਾਂਗੇ ਬੰਦ, ਅਤੇ ਸਾਡਾ ਸੂਪ ਬਣ ਕੇ ਬਿਲਕੁਲ ਤਿਆਰ ਆ। ਅਤੇ ਹੁਣ ਅਸੀਂ ਇਸਨੂੰ ਸੂਪ ਬੋਲ ਦੇ ਸਰਵ ਕਰਾਂਗੇ। ਸੂਪ ਨੂੰ ਥੋੜ੍ਹਾ ਜਿਹਾ ਗਾਰਨਿਸ਼ ਕਰਨ ਲਈ ਅਸੀਂ ਇਹਦੇ ਉੱਪਰ ਜਿਹੜਾ ਕਰੀਮ ਥੋੜ੍ਹੀ ਜਿਹੀ ਪਾ ਰਹੇ ਹਾਂ, ਅਤੇ 2-3 ਪੀਸ ਅਸੀਂ ਜਿਹੜੇ ਡੈਕੋਰੇਟ ਕਰਨ ਵਾਸਤੇ ਅਸੀਂ ਮਸ਼ਰੂਮ ਦੇ ਉੱਪਰ ਪਾ ਕੇ ਸਲਾਈਸ ਵਿੱਚ ਕੱਟ ਕੇ, ਅਤੇ ਥੋੜ੍ਹਾ ਜਿਹਾ ਗਾਰਨਿਸ਼ ਕਰਨ ਵਾਸਤੇ ਅਸੀਂ ਇਹਦੇ ਉੱਪਰ ਹਰਾ ਧਨੀਆ ਪਾ ਰਹੇ ਹਾਂ। ਬਹੁਤ ਹੀ ਟੇਸਟੀ ਅਤੇ ਹੈਲਦੀ ਜਿਹੜਾ ਸੂਪ ਬਣ ਕੇ ਸਾਡਾ ਤਿਆਰ ਆ। ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ, ਅਤੇ ਜੇਕਰ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਤਾਂ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਨਾ, ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ, ਅਤੇ ਨਾਲ ਲੱਗਦੀ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਤਾਂ ਫਿਰ ਮਿਲਾਂਗੇ ਇਸ ਤਰ੍ਹਾਂ ਦੀ ਨਵੀਂ ਜੀ ਡਿਲੀਸ਼ੀਅਸ ਰੈਸਪੀ ਦੇ ਨਾਲ। ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।